ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਸਥਿਤ ਪਿੰਡ ਉਚਲੀ ਮੰਗਲੀ ਦੇ ਅਕਾਲੀ ਆਗੂ ਅਤੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਨੇ ਆਪਣੇ ਉੱਪਰ ਪ੍ਰਾਪਰਟੀ ਮਾਮਲੇ ਨੂੰ ਲੈ ਕੇ ਹੋਏ ਪਰਚਿਆਂ ਤੋਂ ਬਾਅਦ ਪਿੰਡ ਵਾਸੀਆਂ ਸਮੇਤ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਇਹ ਸਭ ਸਿਆਸੀ ਰੰਜਿਸ਼ ਹੈ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ, ਕਿਉਂਕਿ ਜਿਸ ਜ਼ਮੀਨ ਤੇ ਕਬਜ਼ਾ ਹੋਣ ਦਾ ਪਰਚਾ ਦਰਜ ਕੀਤਾ ਗਿਆ ਹੈ ਉਸ ਜ਼ਮੀਨ ਨਾਲ ਮੇਰਾ ਕੋਈ ਸੰਬੰਧ ਨਹੀਂ ਅਤੇ ਪੁਲਿਸ ਨੇ ਬਿਨਾਂ ਜਾਂਚ ਕੀਤੇ ਕਾਂਗਰਸੀ ਆਗੂਆਂ ਦੇ ਕਹਿਣ ਤੇ ਜ਼ਮੀਨ ਦੇ ਮਾਲਕਾਂ ਤੇ ਹੀ ਝੂਠਾ ਮਾਮਲਾ ਦਰਜ ਕਰ ਦਿੱਤਾ। ਉਹਨਾਂ ਪਰਚਾ ਰੱਦ ਨਾ ਕੀਤੇ ਜਾਣ ਦੇ ਵੱਡੇ ਪੱਧਰ ਤੇ ਧਰਨੇ ਦਿੱਤੇ ਜਾਣ ਦੀ ਚੇਤਾਵਨੀ ਵੀ ਦਿੱਤੀ। ਜਿਹੜੀ ਇਹ ਜ਼ਮੀਨ ਮੁਸ਼ਤਰਕਾਂ ਦੀ ਗੱਲ ਕਰਦੇ ਨੇ, ਇਹ ਜਿਹੜੀ ਜ਼ਮੀਨ ਆ ਸਾਡੇ ਬਜ਼ੁਰਗਾਂ ਦੀ ਮੁਸ਼ਤਰਕੀ ਜ਼ਮੀਨ ਆ, ਸਾਰੇ 50 ਸਾਲ ਤੋਂ ਤਕਰੀਬਨ ਲਗਭਗ ਉੱਪਰ ਆਪੋ ਆਪਣੀ ਜ਼ਮੀਨ ਦੇ ਵਿੱਚ ਕਾਬਜ਼ ਨੇ। ਇਹ ਜਿਹੜਾ ਪਰਚਾ ਹੋਇਆ ਵਾ, ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸਰਪੰਚ ਹਾਂ ਅਤੇ ਮੇਰੀ ਜਿਹੜੀ ਵਾਈਫ ਆ ਬਲਾਕ ਸੰਮਤੀ ਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੇਅਰਮੈਨ ਹਾਂ ਅਤੇ ਮੈਂ ਕੋਆਪਰੇਟਿਵ ਸੁਸਾਇਟੀ ਦਾ ਪ੍ਰਧਾਨ ਵੀ ਹਾਂ। ਅਤੇ ਇਹ ਜਿਹੜਾ ਪਰਚਾ ਕੀਤਾ ਗਿਆ ਮੌਜੂਦਾ ਸਰਪੰਚ ਅਤੇ ਉਹਦੇ ਹਸਬੈਂਡ ਨੇ ਮਨ ਜਸਵੀਰ ਸਿੰਘ ਵੱਲੋਂ ਅਤੇ ਗੁਰਚਰਨ ਸਿੰਘ ਵੱਲੋਂ, ਇਹਨਾਂ ਨੇ ਮੇਰੇ ਨਾਲ ਜਿਹੜਾ ਸਿਆਸੀ ਰੰਜਿਸ਼ ਕੱਢਦੇ ਮੇਰੇ 'ਤੇ ਕੀਤਾ ਗਿਆ ਵਾ। ਜੇ ਪਰਚੇ ਨਾ ਰੱਦ ਕੀਤੇ ਗਏ ਪ੍ਰਸ਼ਾਸਨ ਵੱਲੋਂ, ਅਸੀਂ ਧਰਨਾ ਲਵਾਂਗੇ। ਪਰਚਾ ਕਟਾਇਆ ਗਿਆ ਨਜਾਇਜ਼ ਹੈ, ਮੈਂ ਆਪਣੀ ਜਗ੍ਹਾ ਦੇ ਵਿੱਚ ਕੰਧ ਕਰੀ ਹੈ, ਮੈਂ ਕਿਸੇ ਦੀ ਜਗ੍ਹਾ 'ਚ ਨਹੀਂ ਕਰੀ ਹੈਗੀ। ਮੇਰੇ ਬੱਚਿਆਂ 'ਤੇ ਨਜਾਇਜ਼ ਪਰਚਾ ਕੱਟਿਆ। ਗੁਰਚਰਨ ਵੀ ਪੈਸੇ ਮੰਗਦਾ ਵੀ ਸਾਨੂੰ ਜਾਂ ਜਗ੍ਹਾ ਦੇਵੋ ਜਾਂ ਪੈਸੇ ਦੇਵੋ, ਫਿਰ ਅਸੀਂ ਪਰਚਾ ਬੰਦ ਕਰ ਦਿੰਦੇ। ਸਾਡੇ ਘਰ ਦੇ ਨਾਲ ਸਾਡੀ ਜਗ੍ਹਾ ਉਹਦੇ ਘਰ ਦੇ ਨਾਲ ਲੱਗਦੀ ਹੈ, ਉਹ ਜਗ੍ਹਾ ਮੰਗਦਾ। 2 ਸਾਲ ਹੋ ਗਏ ਸਾਨੂੰ ਜਿੱਦਾਂ ਹੀ ਅਸੀਂ ਜ਼ਮੀਨ ਵਿੱਚ ਹੀ ਫ੍ਰੀ 'ਚ ਮੰਗਦਾ, ਸਾਡਾ ਯਾਨੀ ਪਰਚਾ ਕੈਂਸਲ ਹੋਣਾ ਚਾਹੀਦਾ। ਲੁਧਿਆਣਾ ਤੋਂ ਰਕੇਸ਼ ਗਰਗ ਦੀ ਰਿਪੋਰਟ, ਚੈਨਲ 2।